ਗੁਰਦੇਵ ਸਾਡਾ ਨਿੱਘਾ ਮਿੱਤਰ ਸੀ ਅਤੇ ਸਮਾਜ ਸੁਧਾਰ ਕੰਮਾਂ ਦਾ ਸਾਥੀ ਵੀ। ਜਦੋਂ ਸਾਨੂੰ ਉਸ ਦੀ ਮੁਸ਼ਕਲ ਦਾ ਪਤਾ ਲੱਗਿਆ ਤਾਂ ਪਹਿਲਾਂ ਅਸੀਂ ਆਪਸ ਵਿੱਚ ਵਿਚਾਰ ਕੀਤੀ ਅਤੇ ਫਿਰ ਗੁਰਦੇਵ ਨਾਲ ਵੀ ਵਿਚਾਰਿਆ। ਗੁੰਝਲਦਾਰ ਸਮੱਸਿਆ ਤਾਂ ਇਹ ਸੀ ਕਿ ਪਰਮਜੀਤ ਖੁਦ ਪੜ੍ਹੀ ਲਿਖੀ ਅਤੇ ਸਮਝਦਾਰ ਔਰਤ ਸੀ। ਸਾਨੂੰ ਨਹੀਂ ਸੀ ਲੱਗਦਾ ਕਿ ਉਹ ਕਿਸੇ ਵਹਿਮ ਭਰਮ ਦਾ ਸ਼ਿਕਾਰ ਹੋ ਸਕਦੀ ਹੈ। ਦੇਖਣ ਨੂੰ ਰੋਗੀ ਵੀ ਲੱਗਦੀ ਸੀ, ਪਰ ਫਿਰ ਵੀ ਅਸੀਂ ਉਹਨਾਂ ਨੂੰ ਰਜਿੰਦਰ ਭਦੌੜ ਕੋਲ ਲਿਜਾਣ ਦੀ ਸਲਾਹ ਦਿੱਤੀ। ਪਹਿਲੀ ਨਜ਼ਰੇ ਮੈਨੂੰ ਦਬੇ ਹੋਏ ਜਜ਼ਬਾਤਾਂ ਦਾ ਮਸਲਾ ਲੱਗਿਆ। ਮਨੁੱਖੀ ਮਨ ਅੰਦਰ ਹਰ ਸਮੇਂ ਚੰਗੇ ਮਾੜੇ ਵਿਚਾਰ ਉਤਪੰਨ ਹੁੰਦੇ ਰਹਿੰਦੇ ਹੈ ਅਤੇ ਇਹਨਾਂ ਦਾ ਨਿਕਾਸ ਹੋਣਾ ਬਹੁਤ ਜ਼ਰੂਰੀ ਹੈ, ਜਿਸ ਨੂੰ ਅਸੀਂ ਕਥਾਰਸਿਸ ਕਹਿੰਦੇ ਹਾਂ। ਜਦੋਂ ਕੋਈ ਸੰਵੇਗ ਦਬ ਜਾਂਦਾ ਤਾਂ ਉਸ ਦਾ ਮਨੁੱਖੀ ਮਨ ਉੱਪਰ ਇੱਕ ਪ੍ਰੈਸ਼ਰ ਬਣ ਜਾਂਦਾ ਅਤੇ ਉਸਦੀ ਇੱਛਾ ਨੂੰ ਸਮਝਣ ਲਈ ਉਸ ਨੂੰ ਮੋਹ ਪਿਆਰ ਅਪਣੱਤ ਨਾਲ ਵਿਸ਼ਵਾਸ 'ਚ ਲੈ ਕੇ ਉਸਦੀ ਸਮੱਸਿਆ ਨੂੰ ਜਾਣਨ ਦਾ ਉਪਰਾਲਾ ਕੀਤਾ ਜਾਂਦਾ। ਨਹੀਂ ਤਾਂ ਕਈ ਵਾਰੀ ਉਸਦੇ ਕੰਪਲੈਕਸ ਨੂੰ ਸਮਝਣ ਵਾਸਤੇ ਹਿਪਨੋਟਾਈਜ਼ ਕਰਕੇ ਉਸਦੇ ਦਿਮਾਗ ਦੇ ਨੇੜੇ ਪਹੁੰਚਿਆ ਜਾਂਦਾ। ਪਰਮਜੀਤ ਦੇ ਮਨ ਦੀਆਂ ਗੁੰਝਲਾਂ ਨੂੰ ਜਾਣਨ ਲਈ ਉਸਨੂੰ ਸਮੋਹਕ ਨੀਂਦ ਵਿੱਚ ਲਿਜਾਣ ਦੀਆਂ ਬਹੁਤ ਕੋਸ਼ਿਸ਼ਾਂ ਕੀਤੀਆਂ ਗਈਆਂ, ਪਰ ਪਰਮਜੀਤ ਉੱਪਰ ਕੋਈ ਅਸਰ ਨਾ ਹੋਇਆ। ਹਿਪਨੋਟਾਈਜ਼ ਦਾ ਅਸਰ ਫਿਰ ਹੀ ਠੀਕ ਤਰੀਕੇ ਨਾਲ ਹੁੰਦਾ ਜੇ ਵਿਅਕਤੀ ਠੀਕ ਤਰੀਕੇ ਨਾਲ ਸਹਿਯੋਗ ਕਰੇ। ਜੇਕਰ ਉਹ ਆਪਣੀ ਚੇਤਨਾ ਨੂੰ ਫੜ ਕੇ ਬੈਠਾ ਰਹਿੰਦਾ, ਸਹਿਯੋਗ ਨਹੀਂ ਦਿੰਦਾ, ਤਾਂ ਹਿਪਨੋਟਿਜ਼ਮ ਦਾ ਉਹਦੇ 'ਤੇ ਕੋਈ ਵੀ ਅਸਰ ਨਹੀਂ ਹੁੰਦਾ। ਅਸੀਂ ਇਸ ਘਟਨਾ ਨੂੰ ਲੈ ਕੇ ਬੜੇ ਪਰੇਸ਼ਾਨ ਹੋਏ ਕਿ ਪਰਮਜੀਤ ਉੱਤੇ ਸਮੋਹਨ ਦਾ ਅਸਰ ਕਿਉਂ ਨਹੀਂ ਸੀ ਹੋ ਰਿਹਾ। ਸਵਾਲ ਸੱਚਮੁੱਚ ਗੰਭੀਰ ਸੀ ਕਿ ਸੱਚਮੁੱਚ ਪਰਮਜੀਤ ਸਹਿਯੋਗ ਨਹੀਂ ਕਰਨਾ ਚਾਹੁੰਦੀ, ਜਿਸ ਦਾ ਦੂਜਾ ਮਤਲਬ ਇਹ ਨਿਕਲਦਾ ਸੀ ਕਿ ਉਹ ਠੀਕ ਹੀ ਨਹੀਂ ਹੋਣਾ ਚਾਹੁੰਦੀ, ਜਾਂ ਉਸਨੂੰ ਡਰ ਸੀ ਕਿ ਕਿਤੇ ਸਮੋਹਤ ਅਵਸਥਾ ਵਿੱਚ ਉਸ ਕੋਲੋਂ ਕੋਈ ਰਾਸ ਨਾ ਖੁੱਲ੍ਹ ਜਾਵੇ। ਕਿ ਸੱਚਮੁੱਚ ਉਹ ਕੋਈ ਗੱਲ ਛੁਪਾ ਰਹੀ ਸੀ? ਸਾਨੂੰ ਸ਼ੱਕ ਸੀ ਕਿ ਪਰਮਜੀਤ ਸਾਡੇ ਕੋਲੋਂ ਕੁਝ ਛੁਪਾ ਰਹੀ ਹੈ ਅਤੇ ਉਸ ਦਿਨ ਤਾਂ ਸਾਡਾ ਸ਼ੱਕ ਬਿਲਕੁਲ ਯਕੀਨ 'ਚ ਹੀ ਬਦਲ ਗਿਆ ਜਦੋਂ ਗੁਰਦੇਵ ਨੇ ਸਾਨੂੰ ਦੱਸਿਆ ਕਿ ਹਿਪਨੋਟਾਈਜ਼ ਦੀਆਂ ਕੋਸ਼ਿਸ਼ਾਂ ਬੇਕਾਰ ਹੋਣ ਤੋਂ ਬਾਅਦ ਜਦੋਂ ਉਹ ਪਰਮਜੀਤ ਨੂੰ ਲੈ ਕੇ ਰਜਿੰਦਰ ਭਦੌੜ ਦੇ ਘਰੋਂ ਨਿਕਲਿਆ ਤਾਂ ਜੇ ਕੋਈ ਇਸ ਤੋਂ ਵੀ ਵੱਡਾ ਤਰਕਸ਼ੀਲ ਹੈ ਤਾਂ ਚੱਲੀਏ ਉਸ ਕੋਲ। ਮਤਲਬ ਗੁਰਦੇਵ ਨੂੰ ਇਸ ਗੱਲ ਦਾ ਮਤਲਬ ਸਮਝ ਆਇਆ ਜਾਣਾ, ਤਰਕਸ਼ੀਲਾਂ ਅੱਗੇ ਇਹ ਗੱਲ ਬਿਲਕੁਲ ਸਪਸ਼ਟ ਹੋ ਗਈ ਸੀ। ਪਰਮਜੀਤ ਦੀ ਦਿਲਚਸਪੀ ਠੀਕ ਹੋਣ ਵਿੱਚ ਇੰਨੀ ਨਹੀਂ ਸੀ ਜਿੰਨੀ ਤਰਕਸ਼ੀਲਾਂ ਨੂੰ ਨੀਵਾਂ ਦਿਖਾਉਣ ਵਿੱਚ। ਪਰ ਕਿਉਂ, ਵੇਲਾ ਆ ਗਿਆ ਸੀ ਕਿ ਇਸ ਭੇਦ ਉੱਤੋਂ ਵੀ ਪਰਦਾ ਚੁੱਕਿਆ ਜਾਂਦਾ।